ਮੈਂ ਅੱਜ ਜਿਹੜਾ ਚੰਡੀਗੜ੍ਹ ਹੋਸਪਿਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡ ਹੈ ਪਟਿਆਲੇ 'ਚ ਜਿਹੜਾ ਘਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ 'ਤੇ ਜਿਹਦੇ ਉੱਤੇ ਗੋਲੇ ਚਲਾਏ ਗਏ ਸੀ, ਅੱਜ ਉਹਨੂੰ ਮੈਂ ਉਹਦੀ ਹਾਲਤ ਪਤਾ ਕਰਨ ਵਾਸਤੇ ਆਇਆ। ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ, ਤੁਸੀਂ ਦੇਖੋ ਉੱਥੇ ਐਜ ਏ ਉੱਥੇ ਐਂ ਬੁਲੇਟ ਮਾਰਕ ਲੱਗਦੇ ਹੈ, ਐਂ ਚੀਜ਼ਾਂ ਲੱਗਦੀਆਂ, ਸਾਰੀ ਅੱਖ ਵਿਚਾਰੀ ਦੀ ਚਲੀ ਗਈ। ਨੌਜਵਾਨ 22 ਸਾਲ ਦਾ ਬੰਦਾ, ਆਹ ਜਿਹੜੇ ਨੌਜਵਾਨ ਹੈ ਆਹ ਕਿਸਾਨੀ ਲਈ, ਕਿਸਾਨੀ ਦੇ ਹੱਕਾਂ ਲਈ ਲੜਾਈ ਲੜ ਰਿਹਾ, ਉਹਨਾਂ 'ਤੇ ਗੋਲੀਆਂ ਚਲਾਉਣੀਆਂ ਤਾਂ ਮੈਨੂੰ ਲੱਗਦਾ ਹੈ ਕਿਸੇ ਡੈਮੋਕ੍ਰੈਟਿਕ ਕੰਟਰੀ 'ਚ ਨਹੀਂ ਹੈ। ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ, ਉਹਦੀ ਵੀ ਡੈਥ ਹੋ ਗਈ ਹੈ, ਗਿਆਨ ਸਿੰਘ। ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ 'ਚ ਖੜ੍ਹੇ ਹੈ, ਦੇਖੋ ਸੂਬਾ ਪੰਜਾਬ ਦਾ, ਜ਼ਮੀਨ ਪੰਜਾਬ ਦੀ, ਅਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ, ਦੇਖੋ ਇਹ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ। ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ, ਪੰਜਾਬ ਪੁਲਿਸ ਹੀ ਇਕੱਲਾ ਓਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ, ਆਹ ਇੱਕ ਆਪਣੀ ਕੌਨਸਟੀਟਿਊਸ਼ਨ ਹੈ। ਇੱਕ ਪੰਜਾਬ ਦੀ ਪੁਲਿਸ ਹਰਿਆਣੇ 'ਚ ਨਹੀਂ ਜਾ ਸਕਦੀ, ਉੱਥੇ ਕੋਈ ਵਾਰਦਾਤ ਕਰਨੀ ਹੋਏ ਜਾਂ ਕਿਸੇ ਨੂੰ ਫੜਨਾ ਹੋਏ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੀ ਨਾਲ ਸਪੋਰਟ ਨਾਲ ਕਿਸੇ ਨੂੰ ਫੜ ਸਕਦੀ ਹੈ, ਐਂ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦਿਓ। ਇੱਥੇ ਤਾਂ ਜਮ੍ਹਾਂ ਬਾਰਡਰ ਬਣਾਇਆ ਪਿਆ, ਦੇਖੋ ਨੈਗੋਸੀਏਸ਼ਨ ਨਾਲ, ਪਿਆਰ ਨਾਲ। ਡੈਮੋਕ੍ਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ, ਪਰ ਡੈਮੋਕ੍ਰੇਸੀ ਦਾ ਮਤਲਬ ਹੈ ਪਿਆਰ ਨਾਲ, ਡਾਇਲੋਗ ਨਾਲ ਗੱਲਾਂ ਹੋਣ। ਡਾਇਲੋਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ, ਅਤੇ ਉਦੋਂ ਡਾਇਲੋਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ, ਡਾਇਲੋਗ ਕਰਕੇ ਹੋਏ ਨਾ ਜੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ 'ਚੋਂ ਹੀ ਨਹੀਂ ਪੂਰੀਆਂ ਹੋਈਆਂ। ਸੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤਾਂ ਹੋਰ ਜ਼ਿਆਦਾ ਫਰਸਟ੍ਰੇਸ਼ਨ ਕਰਦੀ ਹੈ। ਦੇਖੋ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ, ਜੇ ਤੁਸੀਂ ਫਰੀਡਮ ਫਾਈਟਰ ਦੇਖੋ ਸਭ ਤੋਂ ਜ਼ਿਆਦਾ ਦੇਸ਼ ਦੇ ਆ, ਪੰਜਾਬ ਦੇ ਆ। ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਿਣੀ ਸੀ, ਆਹ ਛੋਟਾ ਜਿਹਾ ਸੂਬਾ 2.5% ਏਰੀਆ ਵਾਲਾ ਸੂਬਾ, ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ, ਪਾਣੀ ਸਾਡੇ ਨਾਲ ਧੱਕਾ ਹੋਇਆ, ਸਾਡਾ ਪਾਣੀ ਦੂਜੇ ਸੂਬੇ ਨੂੰ ਦੇਤਾ, ਪਰ ਫਿਰ ਵੀ ਆਪਣਾ ਟਿਊਬਵੈੱਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ 'ਤੇ ਚਲਾ ਗਿਆ ਅਤੇ ਦੇਸ਼ ਨੂੰ ਅੰਨ ਦਿੱਤਾ। ਤੁਸੀਂ ਸਰਹੱਦੀ ਬਾਰਡਰ ਵੀ ਦੇਖ ਲਓ, ਪਾਕਿਸਤਾਨ ਹੋਏ ਚਾਈਨਾ ਨਾਲ, ਸਾਰੇ ਆਪਣੇ ਸਿੱਖ ਰੈਜੀਮੈਂਟਾਂ ਉੱਥੇ ਹੀ ਹੈ। ਅਤੇ ਤੁਸੀਂ ਦੇਖਿਆ, ਜੇ ਤੁਸੀਂ ਫੋਟੋਆਂ ਦੇਖੇ ਹੋਣਾ, ਚਾਈਨਾ ਦੇ ਜਿਹੜੇ ਲੋਕ ਉੱਥੇ ਫੌਜੀ ਜਿਹਨਾਂ ਨੂੰ ਭਜਾਉਣ ਵਾਲੀ ਸਿੱਖ ਰੈਜੀਮੈਂਟ ਹੈ। ਸੋ ਆਹ ਉਹ ਕੌਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ। ਸੋ ਇਸ ਕਰਕੇ ਇਹਨਾਂ ਨੂੰ ਇੰਨੇ ਧੱਕੇ ਨਾਲ ਹਰਿਆਣਾ ਗਵਰਨਮੈਂਟ ਨੂੰ ਨਾ ਐ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਪੰਜਾਬ ਗਵਰਨਮੈਂਟ। ਤਾਂ ਮੈਂ ਹੈਰਾਨ ਹਾਂ ਇਹਨਾਂ 'ਤੇ ਕਿ ਤੁਹਾਡੇ ਸੂਬੇ ਸਾਰਾ ਕੁਛ ਹੋ ਰਿਹਾ, ਤੁਸੀਂ ਚੁੱਪ ਹੋ, ਕੁਛ ਕਰ ਨਹੀਂ ਰਹੇ, ਅਤੇ ਨਾਲੇ ਸਰੈਂਡਰ ਹੀ ਕਰੀ ਬੈਠਾ ਪੰਜਾਬ ਗਵਰਨਮੈਂਟ ਤਾਂ। ਪੰਜਾਬ ਤਾਂ ਆਪਣੇ ਲਿਪ ਸਰਵਿਸ ਕਰਨ 'ਤੇ ਲੱਗਿਆ। ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗਵਰਨਮੈਂਟ ਨੇ ਪੰਜਾਬ 'ਚ ਕੀਤਾ, ਸਟਰੋਂਗਲੀ ਕੰਡੈਮ ਕਰਦੇ ਹਾਂ। ਅਤੇ ਅਸੀਂ ਇੱਕ ਆਹ ਵੀ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਆਹ ਨਾ ਹੋ, ਜਿੰਨੇ ਵਿਚਾਰੇ ਕੋਈ ਜਿਹਨਾਂ ਦੀ ਅੱਖ ਚਲੀ ਗਈ ਇਹਨਾਂ ਨੂੰ, ਜਾਂ ਜਿਹੜੇ ਫੱਟੜ ਹੋਏ ਆ, ਜਿਹੜਾ ਨੌਜਵਾਨ ਦੀ ਅੱਖ ਚਲੀ ਗਈ, ਵਿਚਾਰਾ 22 ਸਾਲ ਦਾ ਉਮਰ ਹੈ, ਘੱਟ ਤੋਂ ਘੱਟ ਇਹਨੂੰ ਇਹਦੀ ਬਾਕੀ ਜ਼ਿੰਦਗੀ, ਇਹਨੇ ਵਿਚਾਰੇ ਗਰੀਬ ਪਰਿਵਾਰ ਦਾ, ਬਾਕੀ ਜ਼ਿੰਦਗੀ ਵਾਸਤੇ ਘੱਟ ਤੋਂ ਘੱਟ ਇਹਨੂੰ ਪੰਜਾਬ ਸਰਕਾਰ ਇਮੀਜੀਏਟਲੀ ਸਰਕਾਰੀ ਨੌਕਰੀ ਦੇ, ਅਤੇ ਜੇ ਜਿਹਨੇ ਫੱਟੜ ਹੈ ਉਹਨਾਂ ਨੂੰ ਕੰਪਨਸੇਸ਼ਨ ਦੇ ਅਤੇ ਮੈਡੀਕਲ ਫੈਸਿਲਿਟੀ ਦੇ। ਮੈਂ ਅੱਜ ਹੋਸਪਿਟਲ 'ਚ ਆਇਆ, ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ, ਨਾ ਉੱਥੇ ਐਂਬੂਲੈਂਸ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਸ਼ੰਭੂ ਬਾਰਡਰ 'ਤੇ ਐਂਬੂਲੈਂਸ ਹੀ ਹੈ ਨਹੀਂ।
ਜਿਹੜੇ ਲੋਕ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਅਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਹੈ। ਸੋ ਪੰਜਾਬ ਗਵਰਨਮੈਂਟ ਦਾ ਅਤੇ ਖਾਸ ਕਰਕੇ ਹਰਿਆਣਾ ਗਵਰਨਮੈਂਟ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡੈਮ ਕਰਦਾ। ਕਿਸਾਨਾਂ ਨਾਲ ਜੇ ਖੜਾ ਹੈ, ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਉਹ, ਪੰਜਾਬ ਦੀ ਜ਼ਮੀਨ ਹੈ, ਪੰਜਾਬ ਦਾ ਇਲਾਕਾ, ਇੱਥੋਂ ਦਾ ਚੀਫ ਮਿਨਿਸਟਰ ਉਹ ਹੈ। ਚੀਫ ਮਿਨਿਸਟਰ ਦਾ ਮਤਲਬ ਨਹੀਂ ਹੈ ਕਿਤੇ ਤੁਹਾਡੇ ਸੂਬੇ 'ਚ ਆ ਕੇ ਕੋਈ ਤੁਹਾਡੇ 'ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ, ਕੋਈ ਧੱਕਾ ਕਰੇ। ਜਾਂ ਤਾਂ 100% ਇਹਦੀ ਅਪਰੂਵਲ ਹੈ, ਕਿਉਂਕਿ ਅਪਰੂਵਲ ਦੇ ਬਗੈਰ ਦੂਜੀ ਸੂਬੇ ਦੀ ਕਰ ਹੀ ਨਹੀਂ ਸਕਦੀ। ਆਹ ਤਾਂ ਹੁਣ ਜਾਣ ਕੇ ਚੁੱਪ ਬੈਠਾ, ਮੀਡੀਏਟਰ ਦਾ ਕੰਮ ਕੀ ਹੈ? ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕੰਡੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਪਿਆ। ਅਤੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੋਗ ਰਾਹੀਂ ਗੱਲ ਕਰਕੇ ਇਹਨਾਂ ਇਸ਼ੂ ਨੂੰ ਸੋਰਟ ਆਊਟ ਕਰਨਾ ਚਾਹੀਦਾ ਹੈ, ਕਿਉਂਕਿ ਇਹਦਾ ਸਾਰਾ ਇਫੈਕਟ ਪੂਰੇ ਦੇਸ਼ 'ਤੇ ਪੈਂਦਾ। ਪ੍ਰਧਾਨ ਨੇ ਕਿਹਾ ਉਹ ਵੀ ਮੈਂ ਨਾ ਖੋਲ੍ਹਣਾ ਚਾਹੀਦਾ ਇੰਟਰਨੈਟ। ਅਤੇ SGPC ਪ੍ਰਧਾਨ ਸਾਹਿਬ ਦਾ ਹੁਣ ਮੈਨੂੰ ਫੋਨ ਆਇਆ ਸੀ, ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਿਸ ਵੀ ਅਤੇ ਡਾਕਟਰ ਤੈਨਾਤ ਕਰ ਰਹੇ, ਕਿਉਂਕਿ ਪੰਜਾਬ ਸਰਕਾਰ ਤਾਂ ਕੁਛ ਕਰ ਨਹੀਂ ਰਹੀ। ਸੋ SGPC ਤਰਫੋਂ SG ਪ੍ਰਧਾਨ ਸਾਹਿਬ ਨੇ ਮੈਨੂੰ ਹੁਣ ਟੈਲੀਫੋਨ ਕੀਤਾ, ਤੁਸੀਂ ਮੀਡੀਆ ਨੂੰ ਅਨਾਊਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਅਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇੰਨਾ ਧੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਹੋਇਆ।